अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा के गांव राय के खुर्द में हरदीप सिंह नामक व्यक्ति द्वारा अपनी पत्नी को जान से मारने और परिवार वालों को जख्मी करने का मामला सामने आया है। दरअसल हरदीप सिंह का अपनी पत्नी के साथ झगड़ा चल रहा था, जिसके चलते वह बार बार अपनी पत्नी को जान से मारने की धमकियां भी देता था और बीती रात उसने अपने दोस्तों का सहारा लेकर अपने घर में दाखिल होकर पूरे घर में अंधेरा करके अपने परिवार वालों पर तेजधार हथियारों से हमला कर दिया और अपनी पत्नी राजवीर कौर को मौत घाट उतार दिया। हाँ जी माता जी, की होया सी, की करना गल? कोई नहीं जी, कोई लड़ाई कोई झगड़ा नहीं होयागा। रात नूं 11 बजे आके सानूं कृपाना नाल 10-12 बंदे सीगे नाल, ते वड गया मुंडा सी वड्डा मेरा बेटा, ते घर वाली नूं थां ते दाने के चक्कर आए के खोते, ते अब करण ते थां ते मारता कृपाना मार के साडा तिन्नां दा चंड कर गया। मुंडा बोलदा नहीं मेरा छोटा, असीं दोहे जी थोड़ा जिहा बोलदे बस, वी जख्मी सारे हैं जी। ਕੋਈ ਲੜਾਈ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਜੀ। ਆਪਦੇ ਘਰ ਬਸ ਮਾੜਾ ਮੋਟਾ ਬੋਲਦਾ ਰਹਿੰਦਾ ਸੀ, ਕਹਿੰਦਾ ਸੀ ਇਹਨਾਂ ਨੂੰ ਮਾਰੂੰਗਾ ਵੱਟੂੰਗਾ, ਤੈਨੂੰ ਫਿਰ ਵੱਟੂੰਗਾ ਬਾਅਦ 'ਚ, ਪਹਿਲਾਂ ਇਹਨਾਂ ਨੂੰ ਤਿੰਨਾਂ ਨੂੰ ਮਾਰ ਦੂੰਗਾ, ਤੂੰ ਆਪਦੇ ਪਿੰਡ ਚਲੀ ਜਾ। ਉਹ ਕਹਿੰਦੇ ਪਿੰਡ ਨਹੀਂ ਮੈਂ ਜਾਣਾ, ਪਿੰਡ ਤੂੰ ਜੰਮੇਗੀ, ਮੈਂ ਤਿੰਨਾਂ ਨੂੰ ਤੁਹਾਨੂੰ ਵੀ ਵੱਢੂੰਗਾ, ਤੇਰੇ ਪਿਓ ਨੂੰ, ਤੇਰੇ ਭਰਾ ਨੂੰ, ਅਤੇ ਤੈਨੂੰ ਵੀ, ਤਿੰਨਾਂ ਨੂੰ ਉੱਥੇ ਵੜ, ਤਿੰਨਾਂ ਨੂੰ ਤੁਹਾਨੂੰ ਇਹਨਾਂ ਨੂੰ ਇੱਥੇ ਵੱਢੂੰਗਾ। ਉਹ ਕਹਿੰਦੇ ਵੱਢਣਾ ਤੂੰ ਮੈਨੂੰ ਇੱਥੇ ਵੜਦੀ ਫਿਰ ਨਾਲੇ ਇਹਨਾਂ ਦੇ ਇੱਥੇ ਨਾਰਾ ਕੱਲ੍ਹ ਹੱਥ ਨੇ, ਅਤੇ ਮਾਂ ਪਿਤਾ ਆਏ ਸੀਗੇ, ਉਹ ਸ਼ਾਮ ਨੂੰ ਗੱਲਾਂ ਕਰਕੇ ਚਲੇ ਗਏ। ਉਹਨਾਂ ਨੇ ਫੋਨ ਲਾਇਆ, ਕਹਿੰਦਾ ਆ ਗਏ ਤੁਸੀਂ ਇੱਥੇ? ਕਹਿੰਦੇ ਹਾਂ ਆ ਗਏ। ਕਹਿੰਦੇ ਕਹਿੰਦੇ ਤੂੰ ਆ ਜਾ, ਅਸੀਂ ਘਰ ਬੈਠੇਗੇ। ਕਹਿੰਦਾ ਇੱਥੇ ਨਹੀਂ ਮੈਂ ਆਉਂਦਾ ਗਾ। ਬਸ ਉਹ ਸ਼ਾਮ ਨੂੰ ਡਿੱਗ ਡੁੱਗ ਕੇ ਅਤੇ ਘਰ ਚਲੇ ਗਏ ਆਪਦੇ। ਬਸ 11 ਵਜੇ ਸਾਡੇ ਨਾਲ ਚਾਂਸ ਹੋਇਆ, 1 ਵਜੇ ਉਹਨਾਂ ਨੂੰ ਫੋਨ ਕਰਤਾ, ਉਹ ਸਾਡੇ ਕੋਲ ਆ ਗਏ। ਕੌਣ ਸੀਗਾ? ਮੁੰਡਾ ਸੀ ਵੱਡਾ ਜੀ, ਉਹਦੇ ਨਾਲ ਬੰਦੇ ਸੀਗੇ ਬਾਹਰੋਂ। ਮੁੰਡਾ ਦਾ ਨਾਂ ਹਰਦੀਪ ਸਿੰਘ ਹੈ ਜੀ। ਹੋਰ ਕਾਹ ਜਣੇ ਸੀ? ਉਹ ਹੈਗੇ 10-12-13 ਜਣੇ ਜੀ। ਉਹ ਮੁੰਡਿਆਂ ਦੇ ਕੋਈ ਸਿਆਣੇ ਕਿ ਵੀ ਲੈਟ ਬੁਝੇ ਹੋਏ ਸੀਗੇ, ਵੀ ਐਂ ਨਹੀਂ ਪਤਾ ਵੀ ਕਿੰਨੇ ਕਿਉਂ ਕੌਣ ਸੀਗੇ, ਉਹਨਾਂ ਦੀ ਕੋਈ ਸਿਆਣ ਕਰਦਾ ਕੀ ਆ, ਕੁਛ ਨਹੀਂ ਕਰਦਾ ਜੀ, ਵਿਹਲਾ ਰਹਿੰਦਾ, ਗਰੀ ਬੈਠਾ ਰਹਿੰਦਾ 2 ਸਾਲਾਂ। ਅੱਜ ਸਭ ਤੋਂ ਬਾਅਦ ਲਾਭ ਹੋਈ ਸੀ ਕਿ ਪਿੰਡ ਦਾ ਇੱਕ ਖੁਦ ਵੀ ਪਰਿਵਾਰ ਚ ਭੇਲ ਝਗੜਾ ਹੋਣ ਕਾਰਨ ਉਹਨਾਂ ਦੇ ਲੜਕੇ ਨੇ ਆਪਣੀ ਸੱਟਾਂ ਮਾਰੀਆਂ ਅਤੇ ਬੀਬੀ ਦੇ ਹਾਲਤ ਸੱਟਾਂ ਕਾਰਨ ਲੱਗਣ ਕਾਰਨ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਤਾਂ ਅਸੀਂ ਉਹਨੂੰ ਪੜਤਾਲ ਲਈ ਮੌਕਾ ਦੇ ਵਿੱਚ ਰਾਏ ਪੁਰਦ, ਇੱਥੇ ਘਰ ਵਿੱਚ ਕੋਈ ਮੌਜੂਦ ਨਹੀਂ ਸੀਗਾ। ਆਸ ਪਾਸ ਤੋਂ ਪਤਾ ਕਰਨ ਜਿਹਨਾਂ ਨੇ ਕਿਹਾ ਕਿ ਸਾਰੇ ਪਰਿਵਾਰ ਨੂੰ ਸੱਟਾਂ ਲੱਗਣ ਕਰਕੇ ਸਰਕਾਰੀ ਹਸਪਤਾਲ ਬਠਿੰਡਾ ਦਾਖਲ ਕਰਾਇਆ ਗਿਆ। ਸਭ ਤੋਂ ਕਾਰਨ ਇਹ ਸੀ, ਸਰਕਾਰੀ ਹਸਪਤਾਲ ਬਠਿੰਡਾ ਪੁੱਜੇ ਅਤੇ ਇੱਥੇ ਪਤਾ ਲੱਗਿਆ ਵੀ ਚਰਨਜੀਤ ਕੌਰ ਵਾਈਫ ਆਫ ਜਸਕਰਨ ਸਿੰਘ ਦਾਖਲ ਹੋਈ ਹੈ ਅਤੇ ਉੱਥੇ ਆਪਣੇ ਰਾਜਵੀਰ ਕੌਰ ਜੋ ਚਰਨਜੀਤ ਕੌਰ ਦੀ ਨੂੰਹ ਸੀ ਉਹਦੀ ਮੌਤ ਹੋ ਚੁੱਕੀ ਹੈ। ਦੋਸ਼ੀ ਫਰਾਰ ਹੈ? ਨਹੀਂ, ਦੋਸ਼ੀ ਫਰਾਰ ਹੈ ਅਤੇ ਜਿਹੜਾ ਜਸਕਰਨ ਸਿੰਘ ਹੈ ਅਤੇ ਉਸਦਾ ਲੜਕਾ ਅਰਸ਼ਦੀਪ ਸਿੰਘ ਇੱਥੋਂ ਇਲਾਜ ਲਈ ਰੈਫਰ ਕਰਦੇ ਵੀ ਸੀ ਅਤੇ ਅਸੀਂ ਇੱਥੇ ਉਹਨਾਂ ਦੇ ਖਿਲਾਫ ਆਪਣੇ ਜਸਕਰਨ ਸਿੰਘ ਦੇ ਬਿਆਨ 'ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਉਸਨੇ ਖੂਨ ਨਿਕਾਲ ਦਿੱਤਾ ਹੈ। ਸਾਡੇ ਕੋਲ ਰਾਤੀ 2:30 ਵਜੇ ਡਾਕਟਰ ਹਰਮੀਤ ਦੀ ਡਿਊਟੀ ਦੇ ਪੇਸ਼ੈਂਟ ਲੈ ਕੇ ਆਏ ਸੀਗੇ 4, ਉਹਨਾਂ 'ਚੋਂ 1 ਪੇਸ਼ੈਂਟ ਦੀ ਤਾਂ ਡੈਥ ਹੋ ਗਈ ਹੈ, 2 ਪੇਸ਼ੈਂਟ ਰੈਫਰ ਕਰਤੇ ਬਾਹਰ, 1 ਪੇਸ਼ੈਂਟ ਸਾਡੇ ਕੋਲ ਇੱਥੇ ਜ਼ੇਰੇ ਇਲਾਜ ਚੱਲ ਰਿਹਾ ਹੈ। ਕਿਹੜੇ ਪਿੰਡ ਦਾ ਮਾਮਲਾ ਹੈ? ਕੀ ਮਾਮਲਾ? ਇਹ ਰਾਏ ਖੁਰਦ ਦਾ ਹੈ। ਕੀ ਮਾਮਲਾ ਸੀ, ਪਰਿਵਾਰ ਨੂੰ ਦੱਸੋ। ਇਹ ਕੁਛ ਨਹੀਂ ਕਹਿ ਸਕਦੇ, ਡਾਕਟਰ ਹਰਮੀਤ ਹੀ ਦੱਸ ਸਕਦੇ ਕਿਉਂਕਿ ਉਹਨਾਂ ਕੋਲ ਡਿਟੇਲ ਸੀਗੀ ਸਰ। ਠੀਕ ਹੈ। अगर आपने हमारे चैनल को सब्सक्राइब नहीं किया है तो इसे सब्सक्राइब कर लें।